की ना है जी। की करना है मिस्त्रियां काम साजी। अच्छा कितने बच्चे? 5 बच्चे। कदों हुई सी शादी? 1995 जी। अच्छा इन्ने अरसे हो गया तेरी शादी ने? हाँ जी। ठीक है ओ मिस्त्रियां दा कदों तो काम कर रहे हैं? 25 साल हो चुके। किधर दा रहने वाला? फतेहगढ़ दा। फतेहगढ़ दा रहने वाला। अच्छा ते बीवी नु कत्ल करता ही? हाँ जी। क्यों? साजी कोई हालात कोई वक्त कोई इंसान तो बन जाता है और कोई भी इंसान जरा इस तरह जान बुझ के थोड़ी घट की हालात वक्त बन गया। की बने हालात वक्त? हाँ जी। की बने हालात वक्त? बस साजी गलती हो गई। नहीं नहीं वो तो हो गई गलती। हालात वक्त की बने आ? हालात वक्त साजी बस मसला का अच्छा यानी का मेरे ना सलूक नहीं सी काट दे पे सारे जने। कौन कौन? बीवी भी के बच्चे भी। अच्छा की कर दे सी तेरना? यानी का मैं काम तो आना है ना साजी। तो पैसे भी मैं देना सा लेकिन उसके बावजूद जेड़ा वे ना सारे मेरे तो नफरत काट दे सी दूर दूर रहते सी। वजह की? टाइम नहीं सी देंदे मैंने। ਤੈਨੂੰ ਟਾਈਮ ਨਹੀਂ ਦਿੰਦੇ ਸੀ? ਵਜ੍ਹਾ ਕੀ ਸੀ? ਸਾਜੀ ਕੋਈ 6 ਸਾਲ ਪਹਿਲੇ ਨਾ ਇਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ। ਅੱਛਾ ਅੱਛਾ ਤੇ ਇਹਨਾਂ ਨੇ ਕਿਹਾ ਜਾ ਜੋ ਤੇਰਾ ਦਿਲ ਕਰਦਾ ਇਹਨਾਂ ਕਰ ਲਾ। ਮੈਂ ਕਿਹਾ ਠੀਕ ਹੋ ਗਿਆ। ਮੈਂ ਫਿਰ ਬਾਹਰ ਬੱਚਿਆਂ ਨੇ ਵੀ ਬੀਵੀ ਨੇ ਵੀ? ਹਾਂਜੀ। ਅੱਛਾ ਤੇ ਇਸ ਦੇ ਦੌਰਾਨ ਬੱਚੇ ਜਿਹੜੇ ਨੇ ਉਹ ਮੇਰੇ ਕੋਲ ਆਉਂਦੇ ਰਹੇ ਨੇ ਪੈਸੇ दूसरे महीने। अच्छा 9 महीने पहले? हां जी 9 महीने। अच्छा तेरे को आ गए दोबारा? 6 साल पहले तेनु काटता घर? हां जी। ते 9 महीने पहले तेरे को आए? हां जी। ठीक है ते उस तो बाद मैं फिर तू किथे रहंदा रहन रियान नी देर? एनी देर साजी मैं लखोड़ा रहंदा रहा शरीफ। फिर ते उस तो बाद फिर एक दो दफा रहा इन्हां ने मेनू सालंदर विच कोई चीज देन दी कोशिश कीती है ਵਿੱਚ ਪਾ ਕੇ ਨਾ ਸਾਲਣ ਦੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕੰਜ ਪਤਾ ਲੱਗਾ ਤਾਂ ਬਸ ਸਾਜੀ ਲੱਗ ਗਿਆ ਪਤਾ ਮੈਨੂੰ। ਨਹੀਂ ਨਹੀਂ ਫੇਰ ਵੀ ਕੀ? ਸਾਜੀ ਮੈਨੂੰ ਪਤਾ ਲੱਗ ਗਿਆ ਨਾ। ਕੰਜ ਪਤਾ ਲੱਗਾ ਸਾਜੀ ਖਾਦਾ ਹੀ ਨਹੀਂ ਤੂੰ? ਨਹੀਂ ਫੇਰ ਨਹੀਂ ਮੈਂ ਖਾਦਾ। ਫੇਰ ਕਿਸੇ ਨੇ ਹੋਰ ਨੇ ਖਾਦਾ? ਮੈਂ ਕਿਸੇ ਨੇ ਨਹੀਂ ਖਾਦਾ। ਫੇਰ ਕਿਸੇ ਬਿੱਲੀ ਨੂੰ ਖਵਾਇਆ ਕਿਸੇ ਜਾਨਵਰ ਨੂੰ ਕੋਈ ਮਰ ਗਿਆ ਖਾ ਕੇ? ਨਹੀਂ ਨਹੀਂ ਕਿਸੇ ਨੂੰ ਨਹੀਂ ਖਵਾਇਆ। ਫੇਰ ਕਿੰਜ ਪਤਾ ਲੱਗਾ ਉਹ ਚ ਕੁਛ? ਉਸ ਤੋਂ ਬਾਅਦ ਫਿਰ ਮੈਂ ਰੋਟੀ ਜਿਹੜੀ ਉਹ ਛੱਡ ਦਿੱਤੀ। ਕਿਉਂ ਮਾਰਨ ਲੱਗੇ ਸੀ ਤੈਨੂੰ? ਫਿਰ ਸਾਜੀ ਉਹਨਾਂ ਨੂੰ ਇਲਮ ਹੋਇਆ। ਅੱਛਾ ਕੀ ਇਹੋ ਜਿਹੀ ਵਜ੍ਹਾ ਹੈ ਕਿ ਤੈਨੂੰ ਪਹਿਲੇ 6 ਮਹੀਨੇ ਪਹਿਲੇ 6 ਸਾਲ ਪਹਿਲੇ ਕੱਢਤਾ 9 ਮਹੀਨੇ ਪਹਿਲੇ ਲੈ ਆਏ ਤੇ ਫਿਰ ਤੈਨੂੰ ਮਾਰਨ ਲੱਗੇ? ਕਿਉਂ? ਸਾਜੀ ਇਹਨਾਂ ਨੇ ਮੇਰੇ ਨੂੰ ਮਾਂ ਬਾਪ ਨੂੰ ਇਹਦਾ ਨਾ ਮਾਰਿਆ ਸੀ। ਕਿੰਜ ਕਤਲ ਕੀਤਾ ਸੀ? ਨਹੀਂ ਕਤਲ ਨਹੀਂ ਕੀਤਾ ਉਹ ਸੁਰੋਂ ਹੀ ਵਿੱਚ ਸਾਲਨ ਦੇ ਵਿੱਚ ਕੋਈ ਚੀਜ਼ ਪਾ ਕੇ ਦਿੱਤੀ ਹੈ ਨਾ। ਬੱਚਿਆਂ ਨੇ ਵੀ ਬੀਵੀ ਨੇ ਵੀ? ਨਹੀਂ ਨਹੀਂ ਬੱਚਿਆਂ ਨੇ ਨਹੀਂ ਸਾਜੀ। ਹਾਂ ਸਿਰਫ ਬੀਵੀ ਨੇ। ਕਿਉਂ? ਇਹ ਸਾਜੀ ਉਹਨੂੰ ਹੀ ਇਲਮ ਸੀ। ਤੇ ਤੂੰ ਪਰਚਾ ਨਹੀਂ ਕਰਾਇਆ ਆਪਣੀ ਬੀਵੀ ਤੇ? ਸਾਜੀ ਉਹਨੇ ਸਾਰੇ ਕੰਮ ਕਰਕੇ ਨਾ ਫਿਰ ਉਹਨੇ ਮੈਨੂੰ ਕਿਹਾ ਕਿ ਮੈਂ ਇਹ ਸਭ ਕੁਛ ਕੀਤਾ ਤੂੰ ਉਹਦੇ ਕੋਲ ਜੋ ਹੁੰਦਾ ਨਾ ਤੂੰ ਕਰ ਲਾ। ਇਹ ਕਦੋਂ ਕਿਹਾ ਉਹਨੇ? ਇਹ ਜਦੋਂ ਉਹਨੇ ਉਹਨਾਂ ਨੂੰ ਮੈਨੂੰ ਧਮਕੀ ਲਾ ਕੇ ਤੇ ਉਹਨੇ ਧੱਕੇ ਮਾਰ ਕੇ ਤੇ ਬਾਹਰ ਕੱਢਿਆ। 6 ਸਾਲ ਪਹਿਲੇ? ਹਾਂਜੀ। ਤੇ ਫਿਰ ਤੇ ਤੂੰ ਆਪੇ ਹੀ ਆ ਗਿਆ 9 ਮਹੀਨੇ ਪਹਿਲੇ ਤੇ ਤੈਨੂੰ ਲੈ ਆਏ? ਹਾਂਜੀ। ਨਹੀਂ ਆਪੇ ਨਹੀਂ ਉਹ ਬੱਚੇ ਗਏ ਨੇ ਨਾ। ਹਾਂ ਤੇ ਉਹਨਾਂ ਨੇ ਕਿਹਾ ਆਪੂ ਜੀ ਜੋ ਵੀ ਅੱਗੇ ਦਾ ਸ਼ਿਕਵੇ ਤੁਸੀਂ ਖਤਮ ਕਰ ਦਿਓ ਤੇ ਆ ਜਾਓ। ਚਲ ਠੀਕ ਹੈ ਤੈਨੂੰ ਕੱਢ ਵੀ ਦਿੱਤਾ ਬੀਵੀ ਬੱਚਿਆਂ ਨੂੰ ਤੂੰ ਛੱਡ ਕੇ ਫਿਰ ਚਲਾ ਗਿਆ। ਹਾਂਜੀ ਵਾਪਸ ਹੀ ਨਹੀਂ ਵੇਖਿਆ ਉਹਨਾਂ ਦਾ। ਉਹ ਮਾਂ ਨੇ ਹੀ ਪਰਵਰਿਸ਼ ਕੀਤੀ ਉਹਨਾਂ ਨੂੰ ਵੱਡਾ ਕੀਤਾ। ਹਾਂਜੀ। ਅੱਛਾ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਪੈਸੇ ਦੇਣਾ ਤੇ ਰੋਟੀ ਜਿਹੜੀ ਰੋਟੀ ਵੀ ਟਾਈਮ ਨਾਲ ਨਾ ਬੱਚਿਆਂ ਨੂੰ ਪਕਾ ਕੇ ਦਿੰਦੀ ਸੀ ਨਾ ਕਿਸੇ ਨੂੰ। ਅੱਛਾ ਤੇ ਮੈਂ ਕਿਹਾ ਯਾਰ ਮੈਨੂੰ ਤਾਂ ਚਲੋ ਜਿਸ ਤਰ੍ਹਾਂ ਵੀ ਹੈ ਤੂੰ ਕਮ ਸੇ ਕਮ ਬੱਚਿਆਂ ਨੂੰ ਤਾਂ ਤੁਸੀਂ ਟਾਈਮ ਨਾਲ ਰੋਟੀ ਪਕਾ ਕੇ ਦਿਓ। ਤੇ
ਉਹ ਕਹਿਣ ਲੱਗੀ ਤੈਨੂੰ ਇਹਨਾਂ ਚੀਜ਼ਾਂ ਨਾਲ ਨਾ ਚੁੱਪ ਕਰਕੇ ਇੱਥੇ ਜ਼ਿੰਦਗੀ ਬਸਰ ਕਰਨੀ ਹੈ ਨਾ, ਤੇ ਤੂੰ ਆਪਣਾ ਆਰਾਮ ਨਾਲ ਜ਼ਿੰਦਗੀ ਬਸਰ ਕਰ, ਤੂੰ ਮੇਰੇ ਮਾਮਲਾ ਚ ਦਖਲ ਨਾ ਦੇ। ਆਉਣ ਤੋਂ ਬਾਅਦ ਜਦੋਂ ਤੂੰ ਵਾਪਸ ਆਇਆ? ਹਾਂ ਵਾਪਸ ਆਇਆ। ਠੀਕ ਹੈ। ਆਉਣ ਤੋਂ ਬਾਅਦ? ਠੀਕ ਹੈ। ਤੇ ਮੈਂ ਕਿਹਾ ਠੀਕ ਹੋ ਗਿਆ, ਤੇ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਪੈਸੇ ਮੈਂ ਦੇਣਾ ਵੀ ਸਾਂ, ਤੇ ਮਸਲਾ ਕਿ ਨਾਨ ਨਿੱਕੀ ਕੋਈ ਨਹੀਂ ਸੀ। ਤੂੰ ਤੇ ਕੋਈ ਕੰਮ ਹੀ ਨਹੀਂ ਕਰਦਾ ਸੀ? ਹਾਂਜੀ। ਤੂੰ ਤੇ ਹੁਣ ਕੋਈ ਕੰਮ ਹੀ ਨਹੀਂ ਕਰਦਾ? ਕੰਮ ਸਾਜੀ ਕੰਮ ਜਦੋਂ ਲੱਭਦਾ ਸੀ ਤੇ ਉਦੋਂ ਕਰੀਦਾ ਸੀ, ਠੇਕੇਦਾਰੀ ਨਹੀਂ ਨਾ ਕਰਦੇ। ਮਸਾਂ ਕਿ ਕੰਮ ਤੇ ਜਿਹਨੇ ਵੀ ਮਸਲਾ ਕਿ ਬੁਲਾਇਆ ਨਾ, ਗਾਹਕ ਆਇਆ ਗੱਲ ਬਣੀ ਹੈ ਤੇ ਚਲੇ ਗਏ। ਬੱਚੇ ਕਰਦੇ ਸੀ ਕੰਮ? ਹਾਂਜੀ ਬੱਚੇ ਕਰਦੇ ਸੀ। ਬੱਚਾ ਵੀ ਕਰਦਾ। ਅੱਛਾ, ਵੱਡਾ ਬੱਚਾ? ਵੱਡਾ ਬੱਚਾ। ਤਿੰਨ ਪੁੱਤਰ ਹੈ ਤੇਰੇ? ਹਾਂਜੀ। ਦੋ ਧੀਆਂ? ਹਾਂਜੀ। ਠੀਕ ਹੈ। ਅੱਛਾ, ਫੇਰ ਕੀ ਹੋਇਆ? ਪਹਿਲੇ ਮਹੀਨੇ ਦੀ ਦਾਸਤਾਨ ਸੁਣਾਇਆ ਹੋਇਆ। ਤੇ ਉਸ ਤੋਂ ਬਾਅਦ ਹੁਣ ਬੱਚੇ ਦੀ ਇਹਨਾਂ ਨੇ ਸ਼ਾਦੀ ਕੀਤੀ ਹੈ। ਠੀਕ ਹੈ। ਜਦੋਂ ਮੈਨੂੰ ਇਹ ਲੈ ਕੇ ਆਏ ਨੇ ਤੇ ਉਹ ਮੈਨੂੰ ਜਦੋਂ ਲੈਣ ਗਏ ਨੇ ਉਦੋਂ ਵੀ ਨਹੀਂ ਇਹਨਾਂ ਨੇ ਮੈਨੂੰ ਦੱਸਿਆ, ਮੈਨੂੰ ਇਹਨਾਂ ਨੇ ਦੂਸਰੇ ਦਿਨ ਦੱਸਿਆ ਜਦੋਂ ਜਾਣੀ ਕੇ ਲੈ ਕੇ ਆਏ ਨੇ। ਸ਼ਾਦੀ ਤੇਰੇ ਤੋਂ ਪਹਿਲੇ ਕਰ ਲਈ ਸੀ? ਨਹੀਂ, ਤੇਰੇ ਸਾਹਮਣੇ ਕੀਤੀ। ਮੇਰੇ ਸਾਹਮਣੇ ਕੀਤੀ? ਅੱਛਾ, ਕੀ ਨਹੀਂ ਦੱਸਿਆ? ਮਸਲਾ ਕਿ ਆਬਦ ਦੀ ਅਸੀਂ ਬੱਚੇ ਦੀ ਸ਼ਾਦੀ ਲੱਗੇ ਹਾਂ ਕਰਨ ਤੇ ਚਲੋ ਆਓ ਤੁਸੀਂ। ਅੱਛਾ, ਸਾਜੀ ਮੈਂ ਜਦੋਂ ਵੀ ਜਾਣੀ ਕਿ ਨਹੀਂ ਦਿਹਾੜੀ ਲੱਗਦੀ ਤੇ ਘਰ ਆ ਜਾਂਦਾ ਸਾ, ਘੰਟਾ ਦੋ ਘੰਟੇ ਰਹਿੰਦਾ ਹਾਂ ਤੇ ਮੈਂ ਬਾਹਰ ਚਲਾ ਜਾਂਦਾ ਸਰ। ਠੀਕ ਹੈ। ਜਦੋਂ ਕੰਮ ਲੱਗਦਾ ਸੀ ਉਦੋਂ ਮੈਂ ਕੰਮ ਕਰਨਾ ਸਰ। ਸਹੀ ਹੈ। ਠੀਕ ਹੋ ਗਿਆ। ਤੇ ਇਸ ਦੇ ਦੌਰਾਨ ਆਪਣਾ ਰਾਤ ਦਿਨ ਦੇ ਸਬਜ਼ 24 ਘੰਟੇ ਹੁੰਦੇ ਨੇ। ਠੀਕ ਹੋ ਗਿਆ ਨਾ। 24 ਘੰਟਿਆਂ ਦੇ ਵਿੱਚ ਜੋ ਵੀ ਇਨਸਾਨ ਦੇ ਮਾਮਲਾਤ ਹੁੰਦੇ ਨੇ, ਲੇਕਿਨ ਕੋਈ ਤੇ ਐਸਾ ਇਨਸਾਨ ਆ ਜਾ ਕੇ ਬੀਵੀ ਹੁੰਦੀ ਹੈ ਤੇ ਜਿਹਦੇ ਨਾਲ ਬੰਦਾ ਇਨਸਾਨ ਸੁੱਖ ਦੁੱਖ ਫੋਲਦਾ। ਠੀਕ ਹੈ। ਇਸ ਤੋਂ ਪਹਿਲੇ ਜਿਹੜੇ 20 ਸਾਲ ਗੁਜ਼ਰੇ ਨੇ ਬਿਲਕੁਲ ਠੀਕ ਜਾਣ ਕੇ ਗੁਜ਼ਰੇ ਨੇ। ਠੀਕ ਹੋ ਗਿਆ। ਸਹੀ ਹੈ। ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲ ਨਾ ਮੇਰੀ ਗੱਲ ਸੁਣਦੀ ਸੀ ਨਾ ਕੋਈ ਬਾਤ ਕਰਦੀ ਸੀ, ਬਸ ਜਿਵੇਂ ਇੱਕ ਇਨਸਾਨ ਨੂੰ ਫਿਰ ਇਨਸਾਨ ਦੇ ਅੰਦਰ ਸਾਜੀ ਸਾਜੀ ਦੇ ਲਿਆਵੇ ਫਿਰ ਇਨਸਾਨ ਕੀ ਕਰੇ। ਰਹਿੰਦੀ ਕਿੱਥੇ ਸੀ? ਰਹਿੰਦੀ ਘਰ ਹੀ ਸੀ। ਨਹੀਂ, ਕਮਰਾ ਲੈਦਾ ਲੈਦਾ ਸੀ ਤੁਹਾਡਾ? ਹਾਂਜੀ। ਮੈਂ ਖੁਦ ਧੋਨਾ ਹਾਂ। ਬਾਏ ਟਾਈਮ ਧੋ ਦਿੰਦੇ ਸੀ, ਬਾਏ ਟਾਈਮ ਨਹੀਂ ਸੀ ਧੋਂਦੇ। ਫਿਰ ਅੱਗੇ ਕੀ ਹੋਇਆ? ਅੱਗੇ ਕੀ ਹਾਲਾਤ ਹੁੰਦੇ ਰਹੇ? ਅੱਗੇ ਹਾਲਾਤ ਸਾਹਿਬ ਜੀ ਇਸੇ ਤਰ੍ਹਾਂ ਹੀ ਹੁੰਦੇ ਰਹੇ ਨੇ ਕਿ ਮੈਂ ਜਦੋਂ ਵੀ ਕੋਈ ਗੱਲ ਕਰਨਾ ਸਾਂ ਤੇ ਉਹ ਮੇਰੀ ਗੱਲ ਜਾਣੀ ਕਿ ਸੁਣਦੀ ਨਹੀਂ ਸੀ, ਨਾ ਆਪਣਾ ਮੇਰੀ ਗੱਲ ਕਿਸੇ ਕਿਸਮ ਦੀ ਨਹੀਂ ਸੁਣਦੀ। ਤੇ ਮੈਂ ਆਹਨਾਂ ਕਿ ਯਾਰ ਕੰਮ ਸੋ ਕੰਮ ਹੋਰ ਕੁਛ ਨਹੀਂ ਤੇ ਬੰਦਾ ਗੱਲ ਤੇ ਕੰਮ ਸੋ ਕੰਮ ਸੁਣ ਲਵੇ। ਤੇ ਇਹੋ ਹੀ ਆ ਮਸਲਾ ਕਿ ਕੋਈ ਸਾਫ ਕਿਤਾਬ ਜਿਹੜਾ ਨਾ ਕੋਈ ਨਹੀਂ ਸੀ। ਤੇ ਫਿਰ ਮੈਨੂੰ ਪਤਾ ਲੱਗਣ ਦਿਆ ਸੀ ਕਿ ਇਹਨਾਂ ਨੇ ਨਾ ਮੈਨੂੰ 6 ਤਰੀਕ ਦੇ ਪਹਿਲੇ ਪਹਿਲੇ ਨਾ ਇਹਨਾਂ ਨੇ ਮੈਨੂੰ ਮਾਰ ਦੇਣਾ। ਇਹ 6 ਤਰੀਕ ਜਿਹੜੀ ਦਸੰਬਰ ਇਹ ਜਿਹੜੀ ਹੁਣ ਆ ਰਹੀ ਆਣੀ ਹੈ ਜਿਹੜੀ ਉਹ ਕਿਉਂ ਮਾਰ ਦੇਣਾ ਤੈਨੂੰ? ਮਹਿਸੂਸ ਕੀਤਾ ਤੇਰੇ ਅੰਮੀ ਅੱਬੂ ਨੂੰ ਇੰਨੇ ਜ਼ਹਿਰ ਦੇ ਕੇ ਮਾਰਿਆ, ਉਂਝ ਹੀ ਮਹਿਸੂਸ ਕੀਤਾ ਇਹ ਵੀ? ਅੱਛਾ, ਖਵਾਬ ਆਉਂਦੀ ਰਾਤ ਨੂੰ? ਕੌਣ ਦੱਸਦਾ ਫਿਰ? ਮੌਕਲ ਹੀ ਕੋਈ ਕੋਲ? ਤੇ ਫਿਰ ਕੌਣ ਦੱਸਦਾ ਤੈਨੂੰ? ਸੋਚਦਾ ਦਿਮਾਗ ਦੇ ਵਿੱਚ ਆਉਂਦਾ? ਆਪਸ ਚ ਕਰਦੇ ਕੋਈ ਪਲੈਨਿੰਗ ਕਰਦੇ ਵੇਖਿਆ? ਕਹਿੰਜ ਪਤਾ ਲੱਗਾ? ਕਿਸੇ ਨੇ ਤੈਨੂੰ ਦੱਸਿਆ? ਤੇਰੇ ਰਿਸ਼ਤੇਦਾਰ ਨੇ? ਕਹਿੰਜ ਪਤਾ ਲੱਗਾ ਤੈਨੂੰ ਮਾਰ ਦੇਣਾ? ਕੋਈ ਇਨਸਾਨ ਕਿਸੇ ਨਾਲ ਗੱਲ ਕਰਦਾ ਹੋਵੇ ਤੇ ਪਤਾ ਚੱਲ ਜਾਂਦਾ ਨਾ। ਅੱਛਾ, ਕੀ ਕਹਿੰਦੇ ਸੀ ਅੱਗੋਂ ਜਦੋਂ ਤੂੰ ਗੱਲ ਕਰਦਾ ਸੀ?
ਸਰ ਜੀ ਇੰਨਾ ਹੀ ਮੈਂ ਤੁਹਾਨੂੰ ਦੱਸਿਆ ਮਹਿਸੂਸ ਹੋਇਆ ਮੇਰੇ ਮੈਨੂੰ ਯਾਨੀ ਕਿ ਇਹਨਾਂ ਦੇ ਕੋਲ ਇਸ ਵਜੂਹਾਤ ਦੀ ਬਿਨਾ ਤੇ ਮਹਿਸੂਸ ਹੋਇਆ ਇਹਦਾ ਸਰ ਜੀ ਹੁਣ ਉਹ ਹੀ ਬਿਹਤਰ ਜਾਣਦੇ ਨੇ ਨਹੀਂ ਤੈਨੂੰ ਕਿੰਜ ਮਹਿਸੂਸ ਹੋਇਆ ਮਹਿਸੂਸ ਹੁੰਦਾ ਹੈ ਨਾ ਜਿੰਜ ਮੈਨੂੰ ਵੀ ਮਹਿਸੂਸ ਹੁੰਦਾ ਹੈ ਇਹਨਾਂ ਨੂੰ ਵੀ ਮਹਿਸੂਸ ਹੁੰਦਾ ਹੈ ਸਭ ਨੂੰ ਮਹਿਸੂਸ ਹੁੰਦਾ ਹੈ ਕਿੰਜ ਮਹਿਸੂਸ ਹੋਇਆ ਕੋਈ ਗੱਲ ਦੱਸ ਨਾ ਜਿਹਦੀ ਵਜ੍ਹਾ ਤੋਂ ਮਹਿਸੂਸ ਹੋਇਆ ਆਂਦੇ ਸੀਗੇ 6 ਤਰੀਕ ਨੂੰ ਨਾ ਮਕਾਨ ਜਿਹੜਾ ਨਾ ਖਾਲੀ ਕਰ ਦੇਣਾ ਅੱਛਾ ਠੀਕ ਹੋ ਕਿਹਦੇ ਨਾਂ ਹੈ ਮਕਾਨ ਮਕਾਨ ਤਾਂ ਸਾਡੇ ਵਾਲਦ ਸਾਹਿਬ ਦੇ ਨਾਂ ਹੀ ਹੈ ਬਲਕਿ ਸਾਡੇ ਦਾਦੇ ਦੇ ਨਾਂ ਹੈ ਸਾਰੀ ਯਾਨੀ ਕਿ ਜੀਸ਼ਤ ਮੁਸ਼ਤਰਕ ਹੈ ਹਾਂਜੀ ਤੇਰੇ ਹੋਰ ਵੀ ਭਰਾ ਹੈ ਨਹੀਂ ਸਿਰਫ ਮੈਂ ਇਕੱਲਾ ਹੀ ਹੈਗਾ ਵਾਂ ਜਾਂ ਇੱਕ ਵੱਡਾ ਭਾਈ ਉਹ ਲੈਦਾ ਰਹਿੰਦਾ ਹੈ ਅੱਛਾ ਉਹਦਾ ਹਿੱਸਾ ਨਹੀਂ ਹੈ ਅੱਛਾ ਉਹਨਾਂ ਦੇ ਨਾਂ ਹੈ ਕਹਿੰਦੇ ਵੇਚ ਦੇਣਾ ਮਕਾਨ ਵੇਚ ਦੇਣਾ ਹਾਂਜੀ ਫੇਰ ਤੂੰ ਕੀ ਕਿਹਾ ਅੱਗੋਂ ਤੇ ਕਈ ਦਫ਼ਾ ਉਹਨਾਂ ਨੇ ਫਿਰ ਕਿਹਾ ਆਪਣਾ ਤੂੰ ਇੱਥੋਂ ਚਲਾ ਜਾ ਸਮਝਦੇ ਹੋ ਕਦੋਂ ਕਿਹਾ 10-15 ਦਿਨ ਹੋ ਗਏ ਨੇ ਅੱਛਾ